ਕੈਨੇਡੀਅਨ ਸਾਧ ਦੇ ਨਾਲ ਤੁਸੀਂ ਜੁੜੇ ਹੋਈਆਂ ਮੈਂ ਹਾਂ ਸ਼ੀਤਲ ਠਾਕੁਰ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੀਆਂ ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਕੋਲੋਰادو ਦੇ ਜੰਗਲ ਦੀ ਅੱਗ ਦੇ ਨਾਲ 51 ਕਰੋੜ ਡਾਲਰ ਤੋਂ ਵੱਧ ਦਾ ਹੋਇਆ ਨੁਕਸਾਨ ਅਮਰੀਕਾ ਦੇ ਵਿੱਚ ਬੀਤੇ ਨਵੰਬਰ ਮਹੀਨੇ 45 ਲੱਖ ਤੋਂ ਵੱਧ ਕਾਮਿਆਂ ਨੇ ਛੱਡੀ ਨੌਕਰੀ ਅਮਰੀਕੀ ਮੁਸਲਿਮ ਸੰਗਠਨ ਦੀ ਐਲਨ ਮਸਕ ਨੂੰ ਅਪੀਲ ਇੱਕ ਦੇਸ਼ ਦੇ ਵਿੱਚ ਬੰਦ ਕਰੋ ਟੈਸਲਾ ਦੇ ਸ਼ੋਅਰੂਮ ਸੀਐਫਡੀ ਸਾਰੇ ਮੈਂਬਰਾਂ ਨੂੰ ਲਾਜ਼ਮੀ ਤੌਰ ਦੇ ਉਤੇ ਕਰਵਾਉਣੀ ਚਾਹੀਦੀ ਹੈ ਵੈਕਸੀਨੇਸ਼ਨ ਨਿਯੂ ਟੂਲ ਨੇ ਕਿਹਾ ਨਿੱਕੇ ਬੱਚਿਆਂ ਦੇ ਵਿੱਚ ਕੋਵਿਡ ਦੇ ਲੱਛਣ ਪਾਏ ਜਾਣ ਦੇ ਨਵੇਂ ਰੁਝਾਨ ਦੇ ਸੰਬੰਧੀ ਡਾਕਟਰਾਂ ਨੇ ਦਿੱਤੀ ਚੇਤਾਵਨੀ ਐਂਡੀਪੀ ਆਗੋ ਜਗਮੀਤ ਸਿੰਘ ਦੇ ਘਰ ਬੇਟੀ ਨੇ ਲਿਆ ਜਨਮ ਭਾਰਤ ਦੇ ਵਿੱਚ ਕਰੋਨਾ ਨੇ ਵਿਧਾਈ ਚਿੰਤਾ ਪਿਛਲੇ 24 ਘੰਟਿਆਂ ਦੇ ਵਿੱਚ 1 ਲੱਖ ਤੋਂ ਵੀ ਵੱਧ ਮਾਮਲੇ ਆਏ ਸਾਹਮਣੇ ਪੀਐਮ ਮੋਦੀ ਦੀ ਸੁਰੱਖਿਆ ਦੇ ਵਿੱਚ ਕੋਤਾਹੀ ਦਾ ਮਾਮਲਾ ਗ੍ਰਹਿ ਮੰਤਰਾਲੇ ਦੇ ਵੱਲੋਂ 3 ਮੈਂਬਰੀ ਕਮੇਟੀ ਗਠਿਤ ਕਸ਼ਮੀਰ ਦੇ ਸਭ ਤੋਂ ਉੱਚੇ ਖੇਤਰ ਦੇ ਵਿੱਚ ਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਚੋਣ ਕਮਿਸ਼ਨ ਦਾ ਵੱਡਾ ਫੈਸਲਾ ਹੁਣ 28 ਦੀ ਜਗ੍ਹਾ 40 ਲੱਖ ਖਰਚ ਕਰ ਸਕਣਗੇ ਵਿਧਾਨ ਸਭਾ ਉਮੀਦਵਾਰ ਚੰਡੀਗੜ੍ਹ ਪੀਜੀਆ ਜਾਣ ਵਾਲੇ ਮਰੀਜ਼ਾਂ ਲਈ ਜ਼ਰੂਰੀ ਖਬਰ ਕਰੋਨਾ ਦੇ ਕਾਰਨ ਓਪੀਡੀ ਬੰਦ ਕਰਨ ਦਾ ਫੈਸਲਾ ਸੰਸਦ ਮੈਂਬਰ ਪੰਨੀਤ ਕੌਰ ਹੋਈ ਕਰੋਨਾ ਪੋਜ਼ਿਟਿਵ ਜਿਸ ਜਗ੍ਹਾ ਤੇ 20 ਮਿੰਟ ਤੱਕ ਫਸਿਆ ਰਿਹਾ ਪੀਐਮ ਮੋਦੀ ਦਾ ਕਾਫਲਾ ਉੱਥੇ ਪਹੁੰਚੀ ਐਮਐਚਏ ਦੀ ਟੀਮ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਕੋਲੋਰادو ਸੂਬੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫਤੇ ਜੰਗਲ ਦੇ ਵਿੱਚ ਲੱਗੀ ਅੱਗ ਦੇ ਕਾਰਨ 51.3 ਕਰੋੜ ਡਾਲਰ ਦਾ ਨੁਕਸਾਨ ਹੋਇਆ ਤੇ 1184 ਘਰ ਅਤੇ ادارے ਨੁਕਸਾਨੇ ਗਏ ਨੇ। ਜੰਗਲੀ ਖੇਤਰ ਦੇ ਵਿੱਚ 30 ਦਸੰਬਰ ਨੂੰ ਲੱਗੀ ਅੱਗ ਦੇ ਕਾਰਨ ਹੋਏ ਨੁਕਸਾਨ ਦਾ ਇਹ ਪਹਿਲਾ ਮੁਲਿਆंकन ਹੈ ਸੂਬੇ ਦੇ ਇਤਿਹਾਸ ਦੇ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਵਿਨਾਸ਼ਕਾਰੀ ਜੰਗਲ ਦੀ ਅੱਗ ਹੈ ਅਧਿਕਾਰੀਆਂ ਨੇ ਪਹਿਲਾਂ ਅੰਦਾਜ਼ਾ ਲਗਾਇਆ ਸੀ ਕਿ ਘੱਟੋ ਘੱਟ 991 ਘਰ ਅਤੇ ਹੋਰ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਦੋ ਲੋਕ ਲਾਪਤਾ ਨੇ ਹਾਲਾਂਕਿ ਅਧਿਕਾਰੀਆਂ ਨੂੰ ਇੱਕ ਥਾਂ ਤੇ ਲਾਸ਼ਾਂ ਮਿਲੀਆਂ ਨੇ ਜਾਂਚ ਕਰਤਾ ਇਹ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਕਿ ਅੱਗ ਕਿਸ ਕਾਰਨ ਲੱਗੀ ਜਿਸ ਨੇ ਹਜ਼ਾਰਾਂ ਲੋਕਾਂ ਨੂੰ ਬੇਕਾਰ ਕਰ ਦਿੱਤਾ ਮਹਾਰਾ ਦੇਵੀ ਕਹਿਣਾ ਹੈ ਕਿ ਅੱਗ ਦੀਆਂ ਅਜਹੀਆਂ ਹੋਰ ਘਟਨਾਵਾਂ ਵਾਪਰ ਸਕਦੀਆਂ ਨੇ ਕਿਉਂਕਿ ਹਰਨ ਤਰਤੀਦਾ ਤਾਪਮਾਨ ਵਧਿਆ ਹੋਇਆ ਅਤੇ ਅੱਗ ਲੱਗਣ ਦੇ ਖਤਰੇ ਵਾਲੇ ਖੇਤਰਾਂ ਦੀ ਗਿਣਤੀ ਵੀ ਵਧੀ ਹੋਈ ਹੈ ਬੋਲਡਰ ਕਾਉਂਟੀ ਦੇ 90% ਤੋਂ ਵੀ ਵੱਧ ਇਲਾਕੇ ਦੇ ਵਿੱਚ ਗੰਭੀਰ ਸੋਕਾ ਪਿਆ ਹੋਇਆ ਅਤੇ ਗਰਮੀਆਂ ਦੇ ਅੱਧ ਤੋਂ ਬਾਅਦ ਇੱਥੇ ਮੀਂਹ ਨਹੀਂ ਪਿਆ ਮਰਕਾ ਦੇ ਕਿਰਤ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ ਅਮਰੀਕਾ ਦੇ ਵਿੱਚ ਨੌਕਰੀ ਛੱਡਣ ਵਾਲੇ ਕਾਮਿਆ ਦੀ ਸੰਖਿਆ ਰਿਕਾਰਡ ਦੇ ਮੁਤਾਬਕ ਪਿਛਲੇ 20 ਸਾਲਾਂ ਦੇ ਵਿੱਚ ਸਭ ਤੋਂ ਵੱਧ ਪਾਈ ਗਈ ਹੈ ਜਿੱਥੇ ਬੀਤੇ ਸਾਲ ਨਵੰਬਰ ਮਹੀਨੇ ਦੇ ਵਿੱਚ 45 ਲੱਖ ਤੋਂ ਜ਼ਿਆਦਾ ਲੋਕਾਂ ਨੇ ਨੌਕਰੀ ਛੱਡੀ ਲੋਕ ਨੌਕਰੀ ਕਿਉਂ ਛੱਡ ਰਹੇ ਨੇ ਇਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਉਹ ਹੋਰ ਬਿਹਤਰ ਮੌਕਿਆਂ ਦਾ ਲਾਭ ਉਠਾਉਣਾ ਚਾਹੁੰਦੇ ਨੇ ਸਰਕਾਰ ਨੂੰ 2 ਸਾਲਾਂ ਤੋਂ ਕਰੋਨਾ ਦੇ ਕਾਰਨ ਆਰਥਿਕ ਪੱਖੋਂ ਵਿਰੋਧੀ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਲਈ ਸਰਕਾਰ ਵੀ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਰਹੀ ਹੈ ਹਾਲਾਂਕਿ ਕਰੋਨਾ ਮਹਾਮਾਰੀ ਦੇ ਵਿੱਚ ਕੰ ਲੋਣਾ ਤੇ ਧਿਆਨ ਦੇ ਰਹੇ ਨੇ ਪਰ ਜ਼ਿਆਦਾਤਰ ਨੌਕਰੀਆਂ ਹੌਸਪਿਟੈਲਿਟੀ ਅਤੇ ਹੋਰ ਘੱਟ ਤਨਖਾਹ ਵਾਲੇ ਖੇਤਰਾਂ ਦੇ ਵਿੱਚ ਨੇ ਨਿਕ ਬੰਕਰ ਲੈਬ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਗ੍ਰੇਟ ਰੈਜ਼ਿਗਨੇਸ਼ਨ ਅਸਲ ਦੇ ਵਿੱਚ ਘੱਟ ਤਨਖਾਹ ਵਾਲੇ ਕਰਮਚਾਰੀਆਂ ਦੇ ਨੇ ਜੋ ਫਿਰ ਤੋਂ ਕੀਰਤੀ ਬਾਜ਼ਾਰ ਦੇ ਵਿੱਚ ਨਵੇਂ ਮੌਕੇ ਲਾਭ ਰਹੇ ਨੇ ਤੇ ਉਹਨਾਂ ਨੂੰ ਹਾਸਲ ਕਰ ਰਹੇ ਨੇ ਫੈਡਰਲ ਰਿਜ਼ਰਵ ਬੈਂਕ ਆਫ ਐਟਲਾਂਟਾ ਦੇ ਮੁਤਾਬਕ ਨੌਕਰੀ ਬਦਲਣ ਵਾਲਿਆਂ ਨੂੰ ਆਪਣੀ ਨੌਕਰੀ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਤੁਲਨਾ ਦੇ ਵਿੱਚ ਤੇਜ਼ੀ ਦੇ ਨਾਲ ਤਰੱਕੀ ਮਿਲ ਰਹੀ ਹੈ ਉੱਧਰ ਅਮਰੀਕਾ ਦੇ ਵਿੱਚ ਇੱਕ ਪ੍ਰਮੁੱਖ ਮੁਸਲਿਮ ਨਾਗਰਿਕ ਸੁਤੰਤਰਤਾ ਸੰਗਠਨ ਨੇ ਟੈਸਲਾ ਮੋਟਰਸ ਦੇ ਸੀਈਓ ਐਲਾਨ ਮਸਕ ਨੂੰ ਚੀਨ ਦੇ ਸ਼ਿੰਜਾਂਗ ਖੇਤਰ ਦੇ ਵਿੱਚ ਹਾਲ ਹੀ ਦੇ ਵਿੱਚ ਖੋਲੇ ਗਏ ਸ਼ੋਰੂਮ ਨੂੰ ਬੰਦ ਕਰਨ ਦੇ ਲਈ ਕਿਹਾ। ਸੰਗਠਨ ਨੇ ਵੀ ਕਿਹਾ ਕਿ ਸ਼ਿੰਜਾਂਗ ਦੇ ਵਿੱਚ ਕੋਈ ਵੀ ਅਮਰੀਕੀ ਕਾਰਪੋਰੇਸ਼ਨ ਕਾਰੋਬਾਰ ਨਹੀਂ ਕਰ ਰਹੀ। ਇਸ ਲਈ ਟੈਸਲਾ ਨੂੰ ਚੀਨ ਦੇ ਉਈਗਰ ਮੁਸਲਮਾਨਾਂ 'ਤੇ ਹੋ ਰਹੀਆਂ ਅਤਿਆਚਾਰਾਂ ਦੇ ਵਿਰੋਧ ਦੇ ਵਿੱਚ ਆਪਣਾ ਸ਼ੋਰੂਮ ਵੀ ਬੰਦ ਕਰਨਾ ਚਾਹੀਦਾ ਹੈ। ਸੀਏਆਈਆਰ ਦੇ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਸ਼ਿੰਜਾਂਗ ਇੱਕ ਅਜਿਹਾ ਖੇਤਰ ਹੈ ਜੋ ਇੱਕ ਧਾਰਮਿਕ ਅਤੇ ਨਸਲੀ ਘਟਕਿੰਤੀ ਨੂੰ ਨਿਸ਼ਾਨਾ ਬਣਾ ਕੇ ਕਤਲੇਆਮ ਦੀ ਮੁ ਕੌਂਸਲਨ ਅਮਰੀਕੀ ਇਸਲਾਮਿਕ ਰਿਲੇਸ਼ਨ ਨੇ ਵੀ ਕਿਹਾ ਕਿ ਟੈਸਲਾ ਨੂੰ ਨਸਲਕੁਨਚੀ ਦੇ ਲਈ ਆਰਥਿਕ ਸਹਾਇਤਾ ਦੀ ਮਾਤਰਾ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਅਮਰੀਕਾ ਸਥੇ ਟੈਸਲਾ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ ਤੇ ਕੋਸ਼ਨਾ ਦੇ ਨਾਲ ਸ਼ਿੰਝਾਂਗ ਦੀ ਰਾਜਧਾਨੀ ਉੜਮੁਕੀ ਦੇ ਵਿੱਚ ਇੱਕ ਸ਼ੋਅਰੂਮ ਖੋਲ੍ਹਿਆ ਹੋਇਆ ਹੈ ਸੀਏਆਈਆਰ ਦੇ ਰਾਸ਼ਟਰੀ ਸੰਚਾਰ ਨਿਰਦੇਸ਼ਕ ਇਬਰਾਹਿਮ ਹੂਪਰ ਨੇ ਕਿਹਾ ਕਿ ਕਿਸੇ ਵੀ ਅਮਰੀਕੀ ਕਾਰਪੋਰੇਸ਼ਨ ਨੂੰ ਅਜਿਹੇ ਖੇਤਰ ਦੇ ਵਿੱਚ ਕਾਰੋਬਾਰ ਨਹੀਂ ਕਰਨਾ ਚਾਹੀਦਾ ਜੋ ਧਾਰਮਿਕ ਅਤੇ ਨਸਲੀ ਕਟ ਗਿਣਤੀ ਨੂੰ ਨਿਸ਼ਾਨਾ ਬਣਾ ਕੇ ਨਸਲਕੁਨਚੀ ਦੀ ਮੁਹਿੰਮ ਚਲਾ ਰਹੇ ਨੇ ਐਲਾਨ ਮਸਕ ਅਤੇ ਸ਼ੋਰੂਮ ਨੂੰ ਬੰਦ ਕਰਨਾ ਚਾਹੀਦਾ ਅਤੇ ਕਤਲੇਆਮ ਦੇ ਲਈ ਆਰਥਿਕ ਸਹਾਇਤਾ ਦੀ ਰਕਮ ਨੂੰ ਵੀ ਰੋਕਣਾ ਚਾਹੀਦਾ ਮੀਡੀਆ ਰਿਪੋਰਟਾਂ ਦੇ ਮੁਤਾਬਕ ਤੈਜ਼ ਤਾਨੂ ਸ਼ਿੰਜਾਂਗ ਦੀ ਰਾਜਧਾਨੀ ਉਰੂਮੁਕੀ ਦੇ ਵਿੱਚ ਇੱਕ ਸ਼ੋਰੂਮ ਚਲਾਉਣਾ ਸ਼ੁਰੂ ਕਰਨ ਤੋਂ ਬਾਅਦ ਵਿਆਪਕ ਕਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਇਸ ਤੋਂ ਪਹਿਲਾਂ ਅਮਰੀਕੀ ਸੰਸਦ ਮੈਂਬਰਾਂ ਨੇ ਚੀਨ ਅਤੇ 1.8 ਮਿਲੀਅਨ ਉਈਗਰ ਕਜ਼ਾਕ ਅਤੇ ਕਿਰਗਿਸ ਤੇ ਹੋਰ ਮੁਸਲਿਮ ਕਟ ਗਿਣਤੀ ਸਮੂਹਾਂ ਦੇ ਮੈਂਬਰਾਂ ਨੂੰ ਵੀ ਗੈਰ ਪ੍ਰਵਾਸੀ ਵਰਜੋਂ ਕੈਦ ਕਰਨ ਦਾ ਦੋਸ਼ ਲਗਾਇਆ ਸੀ ਜੁਡੀਸ਼ੀਅਲ ਮਾਸ ਇੰਟਰਮੈਪ ਕੈਂਪਾਂ ਦੇ ਵਿੱਚ ਜਿੱਥੇ ਉਹਨਾਂ ਨੂੰ ਕੱਪੜੇ ਇਲੈਕਟ੍ਰੋਨ ਇਹ ਚਾਹ ਅਤੇ ਹੋਰ ਉਤਪਾਦਾਂ ਨੂੰ ਵੀ ਬਣਾਉਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ ਦੂਜੇ ਪਾਸੇ ਬੀਜਿੰਗ ਨੇ ਸ਼ਿੰਜਾਂਗ ਦੇ ਵਿੱਚ ਦੁਰਵਿਵਹਾਰ ਕਰਨ ਦੇ ਵਿੱਚ ਸ਼ਾਮਲ ਹੋਣ ਦੇ ਸਾਰੇ ਦੋਸ਼ਾਂ ਨੂੰ ਵਾਰ-ਵਾਰ ਖਾਰਜ ਕੀਤਾ ਇਸ ਦੌਰਾਨ ਵਾਈਟ ਹਾਊਸ ਨੇ ਨਿੱਜੀ ਕੰਪਨੀਆਂ ਨੂੰ ਸ਼ਿੰਜਾਂਗ ਦੇ ਵਿੱਚ ਚੀਨ ਦੁਆਰਾ ਮਨੁੱਖੀ ਅਧਿਕਾਰਾਂ ਦੇ ਕਾਹਨ ਤੇ ਨਸਲਕੁਨਚੀ ਦਾ ਵਿਰੋਧ ਕਰਨ ਦੀ ਵੀ ਅਪੀਲ ਕੀਤੀ ਹੈ ਉਧਰ ਕੁਝ ਮਿਲਟਰੀ ਮੈਂਬਰਾਂ ਦੇ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਸੰਬੰਧੀ ਹੁਕਮਾਂ ਦੀ ਕੀਤੀ ਗਈ ਬੇਨਤੀ ਨੂੰ ਫੈਡਰਲ ਕੋਰਟ ਦੇ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਕਨਜ਼ਰਵੇਟਿਵ ਆਗੂ ਐਰਨ ਟੂਲ ਨੇ ਆਖਿਆ ਕਿ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਯੂਨੀਫਾਰਮ ਧਾਰਨ ਕਰਨ ਵਾਲੇ ਸਾਰੇ ਵਿਅਕਤੀਆਂ ਦੀ ਕੋਵਿਡ-19 ਦੇ ਖਿਲਾਫ ਵੈਕਸੀਨੇਸ਼ਨ ਲਾਜ਼ਮੀ ਹੋਣੀ ਚਾਹੀਦੀ ਹੈ ਖੁਦ ਫੌਜ ਦੇ ਵਿੱਚ ਰਹਿ ਚੁੱਕੇ ਟੂਲ ਨੇ ਇਹ ਸਿੱਧਾ ਸੁਨੇਹਾ ਕੈਨੇਡੀਅਨ ਆਰਮਡ ਫੋਰਸੇਸ ਦੇ ਵਿੱਚ ਸੇਵਾ ਨਿਭਾ ਰਹੇ ਉਹਨਾਂ ਲੋਕਾਂ ਨੂੰ ਦਿੱਤਾ ਜਿਹੜੇ ਏਟੀਕਾ ਲਵਾਉਣ ਤੋਂ ਹਿਚਕਚਾ ਰਹੇ ਨੇ ਵੀਰਵਾਰ ਨੂੰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹੋ ਜਦੋਂ ਫੈਡਰਲ ਅਦਾਲਤ ਨੇ ਆਰਮਡ ਫੋਰਸਸ ਦੇ ਚਾਰ ਮੈਂਬਰਾਂ ਦੀ ਵੈਕਸੀਨੇਸ਼ਨ ਤੋਂ ਆਰਜ਼ੀ ਛੋਟਦੀ ਹੈ ਪੀਲ ਖਾਰਜ ਕਰ ਦਿਤੀ ਹੈ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹੀ ਚੀਫ ਆਫ ਦਿ ਡਿਫੈਂਸ ਸਟਾਫ ਵੇਨ ਆਇਰ ਨੇ ਵੈਕਸੀਨੇਸ਼ਨ ਲਾਜ਼ਮੀ ਕਰਾਉਣ ਦੇ ਹੁਕਮ ਜਾਰੀ ਕੀਤੇ ਸਨ ਸੈਨਾ ਦੇ ਸਾਰੇ ਮੈਂਬਰਾਂ ਨੂੰ ਨਵੰਬਰ ਦੇ ਅੰਤ ਤੱਕ ਵੈਕਸੀਨੇਸ਼ਨ ਕਰਵਾਉਣ ਦੀ ਹਦਾਇਤਾਂ ਵੀ ਕੀਤੀਆਂ ਗਈਆਂ ਸਨ ਬਾਅਦ ਵਿੱਚ ਡੈਡਲਾਈਨ 18 ਦਸੰਬਰ ਤੱਕ ਵਧਾ ਦਿੱਤੀ ਗਈ ਸੀ ਅਜੇ ਹਾਣਾ ਕਰਨ ਵਾਲੇ ਮੈਂਬਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਸੀ ਅਤੇ ਹੱਦ ਮਿਲਟਰੀ ਤੋਂ ਸੇਵਾਮੁਕਤ ਕਰਨ ਦੀ ਤਾੜਨਾ ਵੀ ਦਿੱਤੀ ਗਈ ਸੀ ਉਤਰੰਟਾਰੀਓ ਦੇ ਹਸਪਤਾਲਾਂ ਦੇ ਵਿੱਚ ਨਿੱਕੇ ਬੱਚਿਆਂ ਦੇ ਵਿੱਚ ਕੋਵਿਡ ਦੇ ਲੱਛਣ ਪਾਏ ਜਾਣ ਦੇ ਨਵੇਂ ਰੁਝਾਨ ਦੇ ਸੰਬੰਧੀ ਚੇਤਾਵਨੀ ਦਿੱਤੀ ਜਾ ਰਹੀ ਹੈ ਡਾਕਟਰਾਂ ਦੇ ਵੱਲੋਂ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਵਿੱਚ ਕੋਵਿਡ-19 ਦੇ ਲੱਛਣਾਂ ਦੇ ਪ੍ਰਤੀ ਸੁਚੇਤ ਰਹਿਣ ਦੇ ਲਈ ਵਿਆਖਿਆ ਜਾ ਰਿਹਾ ਅਤੇ ਗਰਭਵਤੀ ਮਹਿਲਾਵਾਂ ਨੂੰ ਵੀ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਹਾਲਟਨ ਹिल्स অন্ਟਾਰੀਓ ਤੋਂ ਇੱਕ ਫੈਮਿਲੀ ਡਾਕਟਰ ਨਾਦੀਆ ਆਲਮ ਨੇ ਵੀਰਵਾ ਨੂੰ ਇੱਕ ਇੰਟਰਵਿਊ ਦੇ ਵਿੱਚ ਆਖਿਆ ਕਿ ਕੋਵਿਡ-19 ਦਾ ਅਮੀਕਰਨ ਵੇਰੀਐਂਟ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਅਤੇ ਡੈਲਟਾ ਵੇਰੀਐਂਟ ਤੋਂ ਵੀ ਕਿਤੇ ਜ਼ਿਆਦਾ ਟ੍ਰਾਂਸਮੇਬਲ ਹੈ ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਆਦਾ ਲੋਕਾਂ ਦੇ ਬਿਮਾਰ ਪੈਣ ਦਾ ਵੀ ਖਤਰਾ ਹੈ ਆਟਵਾ ਤੇ ਹੈਮਿਲਟਨ ਦੇ ਵਿੱਚ ਦੋ 온ਟਾਰੀਓ ਚਿਲਡਰਨ ਹਸਪੀਟਲਸ ਨੇ ਵੀ ਇਸ ਹਫਤੇ ਆਖਿਆ ਹੈ ਕਿ ਉਹਨਾਂ ਦੇ ਵੱਲੋਂ ਕੋਵਿਡ-19 ਦੇ ਲੱਛਣਾਂ ਦੇ ਨਾਲ 12 ਮਹੀਨਿਆਂ ਤੋਂ ਘੱਟ ਉਮਰ ਦੇ 6 ਬੱਚਿਆਂ ਨੂੰ ਵੀ ਹਸਪੀਟਲ ਦੇ ਵਿੱਚ ਦਾਖਲ ਕੀਤਾ ਗਿਆ ਇਸ ਮਹਾਮਾਰੀ ਦੇ ਇਸ ਦੌਰ ਦੇ ਵਿੱਚ ਨਵਾਂ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ ਨਵੇਂ ਜੰਮੇ ਬੱਚਿਆਂ ਦਾ ਇਮਿਊਨ ਸਿਸਟਮ ਇੰਨਾ ਕ ਮਜ਼ਬੂਤ ਨਹੀਂ ਹੁੰਦਾ ਤੇ ਡਾਕਟਰ ਆਲਮ ਨੇ ਵੀ ਆਖਿਆ ਹੈ ਕਿ ਇਸ ਦੇ ਲਈ ਉਹਨਾਂ ਨੂੰ ਕੋਈ ਵੀ ਇਨਫੈਕਸ਼ਨ ਜਲਦੀ ਹੋਣ ਦਾ ਵੀ ਡਰ ਹੋ ਜਾਂਦਾ ਹੈ ਜਿੱਥੇ ਬੱਚੇ ਦੀ ਮਾਂ ਦਾ ਕੋਵਿਡ-19 ਟੀਕ ਵੈਕਸੀਨੇਸ਼ਨ ਨਹੀਂ ਹੋਈ ਉਸ ਬੱਚੇ ਨੂੰ ਮਾਂ ਤੋਂ ਵੀ ਐਂਟੀਬਾਡੀਜ਼ ਦੀ ਸੁਰੱਖਿਆ ਨਹੀਂ ਮਿਲਦੀ ਇੱਥੇ ਦੱਸਣਾ ਇਹ ਵੀ ਬਣਦਾ ਕਿ ਕੈਨੇਡਾ ਦੇ ਵਿੱਚ ਇਸ ਸਮੇਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਵਿਡ-19 ਵੈਕਸੀਨ ਨਹੀਂ ਲੱਗ ਸਕਦੀ ਡਾਕਟਰ ਆਲਵ ਨੇ ਵੀ ਆਖਿਆ ਕਿ ਮਾਪਿਆਂ ਨੂੰ ਲਾਚਾਰ ਹੋਣ ਦੀ ਲੋੜ ਨਹੀਂ ਹੈ ਉਹਨਾਂ ਨੇ ਆਖਿਆ ਕਿ ਮਾਪੇ ਆਪੇ ਯਕੀਨੀ ਬਣਾਉਣ ਕਿ ਉਹ ਖੁਦ ਤੇ ਜਿਨ੍ਹਾਂ ਨੂੰ ਉਹ ਜਾਣਦੇ ਨੇ ਉਹਨਾਂ ਦੇ ਵੱਲੋਂ ਵੈਕਸੀਨੇਸ਼ਨ ਜ਼ਰੂਰੀ ਤੌਰ ਤੇ ਉਤੇ ਕਰਵਾਈ ਗਈ ਹੋਵੇ ਅਤੇ ਪਬਲਿਕ ਹੈਲਥ ਪ੍ਰੋਟੋਕਾਲਸ ਦੀ ਪਾਲਣਾ ਕਰਨ ਅਤੇ ਆਪਣੇ ਬੱਚਿਆਂ ਦੇ ਵਿੱਚ ਕੋਵਿਡ-19 ਦੇ ਲੱਛਣਾਂ ਦੀ ਪਛਾਣ ਕਰਨੀ ਸਿੱਖਣ ਉਹਨਾਂ ਨੇ ਦੱਸਿਆ ਕਿ ਨੱਕ ਵਗਣਾ ਖੰਗ ਗਲਾ ਪੱਕਣਾ ਤੇ ले बुखार, ਜ਼ਲ ਲੱਛਣ ਨੇ ਅਤੇ ਇਸ ਤੋਂ ਇਲਾਵਾ ਜੇ ਬੱਚਾ ਸੁਸਤ ਲੱਗ ਰਿਹਾ ਹੈ ਜਾਂ ਫਿਰ ਡੀਹਾਈਡਰੇਸ਼ਨ ਹੋ ਰਹੀ ਹੈ ਤੇ ਉਸ ਦੀ ਅੱਖਾਂ ਅੰਦਰੋਂ ਤਸ ਰਹੀਆਂ ਨੇ ਤੇ ਉਹ ਦਿਨ ਦੇ ਵਿੱਚ 5 ਤੋਂ ਘੱਟ ਵਾਰੀ ਡਾਈਪਰ ਗਿੱਲਾ ਕਰਦਾ ਤਾਂ ਤੁਰੰਤ ਡਾਕਟਰ ਨੂੰ ਸਲਾਹ ਲੈ ਲੈਣੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਆਖਿਆ ਕਿ 1 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੇ ਵਿੱਚ ਜੇਕਰ ਬੁਖਾਰ ਟਿਲੈਨੋਲ ਜਾਂ ਫਿਰ ਐਡਵਿਲ ਦੇ ਨਾਲ ਵੀ ਨਹੀਂ ਉਤਰ ਰਿਹਾ ਤਾਂ ਬੱਚਾ ਤਰਲ ਪਦਾਰਥ ਨਹੀਂ ਲੈ ਰਿਹਾ ਜਾਂ ਫਿਰ ਕੁਝ ਖਾ ਪੀ ਵੀ ਨਹੀਂ ਰਿਹਾ, ਉਲਟੀਆਂ ਕਰ ਰਿਹਾ ਹੈ ਜਾਂ ਉਸ ਨੂੰ ਕਾਫੀ ਦਸਤ ਲੱਗੇ ਹੋਏ ਨੇ ਤੇ ਉਸ ਦਾ ਗਲਾ, ਜੀਭ ਸੁੱਕ ਰਹੇ ਨੇ ਤੇ ਉਸ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੋ ਰਹੀ ਹੈ ਤਾਂ ਤੁਰੰਤ ਮ 也。<Yeah. S 2> <Yeah. S 1> yeah. ਉਦ ਰੰਦੀਪ ਆਗੋ ਜਗਮੀਤ ਸਿੰਘ ਤੇ ਉਹਨਾਂ ਦੀ ਪਤਨੀ ਗੁਰਕਿਰਨ ਕੌਰ ਸਿੱਧੂ ਦੇ ਘਰ 3 ਜਨਵਰੀ ਨੂੰ ਧੀ ਨੇ ਜਨਮ ਲਿਆ ਵੀਰਵਾਰ ਨੂੰ ਜਗਮੀਤ ਸਿੰਘ ਨੇ ਇੰਸਟਾਗ੍ਰam ਤੇ ਇਸ ਦੀ ਜਾਣਕਾਰੀ ਦਿੰਦਿਆ ਹੋਇਆ ਕਿ ਹਾਂ ਕਿ ਮਾਂ ਤੇ ਬੱਚੀ ਬਿਲਕੁਲ ਤੰਦਰੁਸਤ ਨੇ ਤੇ ਉਹਨਾਂ ਨੇ ਆਖਿਆ ਕਿ ਸਾਡਾ ਸਾਰਾ ਪਰਿਵਾਰ ਇਸ ਨਵੇਂ ਜੀ ਦੀ ਆਮਦ ਦੇ ਨਾਲ ਕਾਫੀ ਖੁਸ਼ ਹੈ 43 ਸਾਲਾ ਜਗਮੀਤ ਸਿੰਘ ਨੇ 31 ਸਾਲਾ ਗੁਰਕਿਰਨ ਕੌਰ ਫਰਵਰੀ 2018 ਦੇ ਵਿੱਚ ਵਿਆਹ ਬੰਧਨ ਦੇ ਵਿੱਚ ਬੱਜੇ ਸਨ ਸਿੱਧੂ ਫੈਸ਼ਨ ਡਿਜ਼ਾਈਨਰ ਹੈ ਤੇ ਉਹ ਆਪਣੀ ਭੈਣ ਦੇ ਨਾਲ ਰਲ ਕੇ ਨਿਊ ਏਜ ਸਾਊਥ ਏਸ਼ੀਅਨ ਕਲੋਥਿੰਗ ਲਾਈਨ ਜੰਗੀਰੋ ਸ਼ੁਰੂ ਕੀਤੀ ਹੋਈ ਹੈ ਪ੍ਰ ਇਸ ਦੀ ਨਵ ਵਧਾਈਆਂ ਦਿੱਤੀਆਂ ਗਈਆਂ ਕੰਜ਼ਰਵੇਟਿਵ ਆਗੋਰ ਟੂਲ ਦੇ ਵੱਲੋਂ ਵੀ ਜਗਮੀਤ ਤੇ ਉਹਨਾਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਦਿੱਤੀ ਗਈ ਹੈ ਉਧਰ ਪਾਰ ਦੇ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਰੋਜ਼ਾਨਾ ਮਾਮਲੇ ਦੀ ਗਿਣਤੀ 1 ਲੱਖ ਤੋਂ ਪਾਰ ਹੋ ਗਈ ਪਿਛਲੇ 24 ਘੰਟਿਆਂ ਦੇ ਵਿੱਚ 117100 ਮਾਮਲੇ ਸਾਹਮਣੇ ਆ ਚੁੱਕੇ ਨੇ ਦੇਸ਼ ਦੇ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ ਜੇਕਰ ਗੱਲ ਕੀਤੀ ਜਾਵੇ ਤਾਂ 372363 ਹੋ ਚੁੱਕੀ ਹੈ ਸਿਹਤ ਮੰਤਰਾਲੇ ਦੇ ਵੱਲੋਂ ਜਾਰੀ ਅੰਕੜੇ ਦੇ ਮੁਤਾਬਕ ਪਿਛਲੇ 24 ਘੰਟਿਆਂ ਦੇ ਵਿੱਚ 30836 ਮਰੀਜ਼ ਠੀਕ ਹੋ ਚੁੱਕੇ ਨੇ ਤੇ ਹੁਣ ਤੱਕ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 34 ਕਰੋੜ 37 ਲੱਖ 18045 ਹੋ ਚੁੱਕੀ ਹੈ ਉੱਥੇ ਕੋਰੋਨਾ ਦੇ ਨਵੇਂ ਰੂਪ ਐਮੀਕਰੋਨ ਨੇ 3107 ਨਵੇਂ ਮਾਮਲੇ ਸਾਹਮਣੇ ਇਹਨਾਂ ਦੇ ਜਿਨ੍ਹਾਂ ਦੇ ਵਿੱਚੋਂ 1199 ਲੋਕ ਸਿਹਤਯਾਬ ਵੀ ਹੋ ਚੁੱਕੇ ਨੇ ਉਧਰ ਇੱਕ ਦਿਨ ਦੇ ਵਿੱਚ 302 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਹੁਣ ਕਰੋਨਾ ਦੇ ਨਾਲ ਹੋਈਆਂ ਕੁੱਲ ਮੌਤਾਂ ਦੀ ਗਿਣਤੀ 483178 ਹੋ ਚੁੱਕੀ ਹੈ ਉਧਵਾਰ ਦੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੇ ਦੌਰਾਨ ਸੁਰੱਖਿਆ ਦੇ ਵਿੱਚ ਵਰਤੀ ਗਈ ਵੱਡੀ ਕੋਤਾਹੀ ਦੀ ਜਾਂਚ ਦੇ ਲਈ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਟੀਮ ਨੂੰ ਜਲਦੀ ਜਾਂਚ ਕਰਕੇ ਰਿਪੋਰਟ ਸੌਂਪਣ ਦੇ ਲਈ ਵੀ ਕਿਹਾ ਗਿਆ ਜਾਣਕਾਰੀ ਦੇ ਅਨੁਸਾਰ ਤਿੰਨ ਮੈਂਬਰੀ ਕਮੇਟੀ ਦੀ ਅਗਵਾਈ ਸੁਧੀਰ ਕੁਮਾਰ ਸਖਸੈਨਾ ਕਰਨਗੇ ਅਤੇ ਇਸ ਦੇ ਵਿੱਚ ਬਲਵੀਰ ਸਿੰਘ ਜੋ ਕਿ ਸੰਯੁਕਤ ਡਾਇਰੈਕਟਰ ਆਈਬੀ ਅਤੇ ਐਸ ਸੁਰੇਸ਼ ਆਈਜੀ ਐਸਪੀਜੀ ਸ਼ਾਮਲ ਹੋਣਗੇ ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਦੇ ਵਿੱਚ ਸਨ ਲੱਗਣ ਤੋਂ ਮਗਰੋਂ ਟਵੀਟ ਕਰਦੇ ਹੋਏ ਕਿਹਾ ਸੀ ਕਿ ਗ੍ਰਹਿ ਮੰਤਰਾਲੇ ਨੇ ਪੰਜਾਬ ਆਪ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਦੇ ਵਿੱਚ ਕਤਾਹੀ ਤੇ ਵਿਸਤਾਰਤ ਰਿਪੋਰਟ ਮੰਗੀ ਹੈ ਪ੍ਰਧਾਨ ਮੰਤਰੀ ਦੀ ਪੰਜਾਬ ਫੇਟ ਦੇ ਦੌਰਾਨ ਸੁਰੱਖਿਆ ਪ੍ਰਕਿਰਿਆ ਦੇ ਵਿੱਚ ਅਜਿਹੀਆਂ ਕੀ ਲੀ ਪੂਰੀ ਤਰ੍ਹਾਂ ਅਸਵੀਕਾਰਯੋਗ ਹੈ ਤੇ ਜਵਾਬਦੇਹੀ ਤੈ ਕੀਤੀ ਜਾਵੇਗੀ ਜ਼ਿਕਰ ਹੋ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਭਾਜਪਾ ਦੀ ਜੈਲੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਗਏ ਸਨ ਪਰ ਸੁਰੱਖਿਆ ਦੇ ਵਿੱਚ ਕਤਾਹੀ ਹੋਣ ਦੇ ਕਾਰਨ ਉਹ ਬਿਨਾਂ ਰੈਲੀ ਨੂੰ ਸੰਬੋਧਨ ਕੀਤੇ ਆ ਵਾਪਸ ਦਿੱਲੀ ਪਰਤ ਗਏ ਉਧਰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਹਾਈ ਐਟੀਟਿਊਡ ਵਾਰਫੇਅਰ ਤੇ ਗੁਲਮਗ ਅਤੇ ਸੋਨਮਗ ਦੇ ਵਿੱਚ 173 ਏਕੜ ਜ਼ਮੀਨ ਫੌਜ ਨੂੰ ਸੌਂਪਣ ਦੀ ਮਨਜ਼ੂਰੀ ਦੇ ਦਿੱਤੀ। ਇਹ ਦੋਵੇਂ ਥਾਵਾਂ ਕਸ਼ਮੀਰ ਦੇ ਵਿੱਚ ਸਭ ਤੋਂ ਉੱਚੇ ਤੇ ਖਤਰਨਾਕ ਸਥਾਨਾਂ ਦੇ ਵਿੱਚ ਨੇ ਜਿੱਥੇ ਜਵਾਨਾਂ ਨੂੰ ਚਾਈ ਵਾਲੀ ਥਾਂ ਤੇ ਜੰਗ ਦੇ ਲਈ ਸਿਖਲਾਈ ਦਿੱਤੀ ਜਾਵੇਗੀ। ਆਦੇਸ਼ ਤਹਿਤ ਗੁਲਮਗ ਦੇ ਵਿੱਚ 129 ਏਕੜ ਸੋਨਮਗ ਦੇ ਵਿੱਚ 44 ਏਕੜ ਜ਼ਮੀਨ ਨੂੰ ਹਥਿਆਰਬੰਦ ਫੋਰਸ ਦੇ ਲਈ ਰਣਨੀਤਿਕ ਖੇਤਰ ਐਲਾਨ ਕੀਤਾ ਗਿਆ। ਇੱਧਰ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਜ਼ਮੀਨ ਫੌਜ ਦੇ ਕੇ ਸੈਰ ਸਪਾਟੇ ਵਰੀਆਂ ਥਾਵਾਂ ਨੂੰ ਫੌਜ ਦੇ ਕਿਲੇ ਦੇ ਵਿੱਚ ਬਦਲਣਾ ਚਾਹੁੰਦੀ ਹੈ ਕਸ਼ਮੀਰ ਨੇ ਸੰਭਾਵੀ ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਪਾਂਡੂ ਰੰਗ ਦੇ ਪੋਲ ਨੇ ਦੱਸਿਆ ਹੈ ਕਿ ਇਸ ਜ਼ਮੀਨ ਦਾ ਇਸਤੇਮਾਲ ਫੌਜ ਅਬਿਆਜ਼ ਲਈ ਕਰੇਗੀ ਇਹ 40 ਸਾਲਾ ਤੋਂ ਫੌਜ ਦੇ ਅਦੀਨ ਸੀ ਹੁਣ ਫੌਜ ਲੋੜ ਦੇ ਹਿਸਾਬ ਦੇ ਨਾਲ ਇੱਥੇ ਨਵਾਂ ਢਾਂਚਾ ਖੜਾ ਕਰ ਸਕੇਗੀ ਫੌਜ ਮਾਰਾਂ ਦੇ ਮੁਤਾਬਕ ਸਰਕਾਰ ਪਰ ਵਿਖ ਦੇ ਵਿੱਚ ਕਿਸੇ ਵੀ ਸਥਿਤੀ ਦੇ ਲਈ ਫੌਜ ਦੀ ਸਿਖਲਾਈ ਦੇਣ ਦੇ ਵਿੱਚ ਉਚਿਤ ਤਰਜੀ ਤੇਰੀ ਹੈ ਇਹ ਜ਼ਮੀਨ ਮਿਲਨ ਦੇ ਨਾਲ ਫੌਜ ਨੂੰ ਦਿੱਤੇ ਜਾਣ ਵਾਲੀ ਸਿਖਲਾਈ ਦੇ ਨਾਲ ਉਹਨਾਂ ਨੂੰ ਪਾਕਿਸਤਾਨੀ ਅਤੇ ਚੀਨੀ ਫੌਜ ਦਾ ਪ੍ਰਭਾਵੀ ਢਾਂਗ ਦੇ ਨਾਲ ਮੁਕਾਬਲਾ ਕਰ ਦੇ ਵਿੱਚ ਮਦਦ ਮਿਲੇਗੀ ਸੋਨਮາກ ਦੇ ਵਿੱਚ ਪਹਿਲਾਂ ਤੋਂ ਹੀ ਜਵਾਨਾਂ ਨੂੰ ਸਿਆਚਨ ਗਲੇਸ਼ੀਅਰ ਅਤੇ ਅਜਿਹੇ ਹੋਰ ਸਥਾਨਾਂ ਤੇ ਤਾਈ ਨਾਤੀ ਦੇ ਲਈ ਤਿਆਰੀ ਕਰਵਾਈ ਜਾਂਦੀ ਹੈ ਪ੍ਰਸਿੱਧ ਹਾਈ ਐਲਟੀਟਿਊਡ ਵਾਰਫੇਅਰ ਸਕੂਲ ਗੁਲਮਗ ਦੇ ਵਿੱਚ ਹੀ ਹੈ ਜੋ ਕਿ ਸਨੋ ਕ્રાਫਟ ਅਤੇ ਵਿంటర్ ਵਾਰਫੇਅਰ ਦੇ ਵਿੱਚ ਜਵਾਨਾਂ ਨੂੰ ਸਿਖਲਾਈ ਦਿੰਦਾ ਹੈ ਉਧਰ ਪਾਰਟੀ ਚੋਣ ਕਮਿਸ਼ਨ ਨੇ ਉਮੀਦਵਾਰਾਂ ਦੇ ਲਈ ਸੰਸਦਿਆ ਤੇ ਵਿਧਾਨ ਸਭਾ ਖੇਤਰਾਂ ਦੇ ਵਿੱਚ ਚੋਣ ਖਰਚੇ ਦੀ ਹੱਦ ਦੇ ਵਿੱਚ ਵਾਧਾ ਕਰਨ ਦਾ ਵੱਡਾ ਫੈਸਲਾ ਕੀਤਾ। ਈਸੀਆਈ ਦੇ ਅਨੁਸਾਰ ਨਵੀਂ ਖਰਚਾ ਹੱਦ ਸਾਰੀਆਂ ਗਿਲੀਆਂ ਚ ਉਹਨਾਂ ਦੇ ਵਿੱਚ ਲਾਗੂ ਹੋਵੇਗੀ। ਉਮੀਦਵਾਰਾਂ ਦੇ ਲਈ ਚੋਣ ਖਰਚੇ ਦੀ ਹੱਦ ਦੇ ਵਿੱਚ ਆਖਰੀ ਵੱਡੀ ਸੋ 2014 ਦੇ ਵਿੱਚ ਕੀਤੀ ਗਈ ਹੈ। ਖਰਚਾ ਹੱਦ ਵਧਾਉਣ ਦੇ ਲਈ ਚੋਣ ਕਮਿਸ਼ਨ ਨੇ ਹਰੀਸ਼ ਕੁਮਾਰ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਦਾ ਗਠਨ ਵੀ ਕੀਤਾ। ਕਮੇਟੀ ਦੇ ਵਿੱਚ ਆਈਆਰਐਸ ਅਧਿਕਾਰੀਆਂ ਮੇਸ सिन्हा ਅਤੇ ਚੰਦਰਭੂਸ਼ਣ ਕੁਮਾਰ ਅਤੇ ਜਿਸ ਦਾ ਮਕਸਦ ਲਾਗਤ ਕਾਰਕਾਂ ਤੇ ਹੋਰ ਸੰਬੰਧਿਤ ਮੁੱਦੇ ਦਾ ਅਧਿਐ ਉਨਾਂ ਨੇ ਉਚਿਤ ਸਿਫਾਰਸ਼ਾਂ ਕਰਨ ਦੇ ਲਈ ਕਿਹਾ ਕਮੇਟੀ ਨੇ ਸਿਆਸੀ ਪਾਰਟੀਆਂ ਮੁੱਖ ਚੋਣ ਅਧਿਕਾਰੀਆਂ ਦੇ ਚੋਣ ਆਬਜ਼ਰਵਰਾਂ ਤੋਂ ਸੁਝਾਅ ਵੀ ਮੰਗੇ ਨੇ ਕਮੇਟੀ ਨੇ ਵੀ ਪਾਇਆ ਕਿ 2014 ਤੋਂ ਬਾਅਦ ਵੋਟਰਾਂ ਦੀ ਗਿਣਤੀ ਅਤੇ ਲਾਗਤ ਮਹਿੰਗਾਈ ਸੂਚਕਾਂਕ ਦੇ ਵਿੱਚ ਕਾਫੀ ਫਾਤਾ ਹੋਇਆ ਇਸ ਨੇ ਚੋਣ ਪ੍ਰਚਾਰ ਦੇ ਬਦਲਦੇ ਤਰੀਕਿਆਂ ਤੇ ਵੀ ਧਿਆਨ ਦਿੱਤਾ ਜੋ ਕਿ ਹੌਲੀ-ਹੌਲੀ ਵਰਚੁਅਲ ਮੁਹਿੰਮ ਦੇ ਵਿੱਚ ਬਦਲ ਰਿਹਾ ਹੈ ਕਮਿਸ਼ਨ ਨੇ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰ ਲਿਆ ਅਤੇ ਉਮੀਦਵਾਰਾਂ ਦੇ ਲਈ ਮੌਜੂਦਾ ਚੋਣ ਖਰਚਾ ਹੱਦ ਨੂੰ ਵਧਾਉਂਦਾ ਫੈਸਲਾ ਵੀ ਲਿਆ ਲੋਕ ਸਭਾ ਚੋਣਾਂ ਦੇ ਵਿੱਚ ਜਿਨ੍ਹਾਂ ਸੂਬਿਆਂ ਦੇ ਵਿੱਚ ਹੁਣ ਤੱਕ ਉ ਲੱਖੀ ਉਸ ਨੂੰ ਵਧਾ ਕੇ 95 ਲੱਖ ਕਰ ਦਿੱਤਾ ਜਿਸ ਸੂਬੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਇਹ 54 ਲੱਖ ਸੀ ਉਸ ਨੂੰ ਵਧਾ ਕੇ 75 ਲੱਖ ਕਰ ਦਿੱਤਾ ਗਿਆ ਉੱਥੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਸ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਇਹ ਹੱਦ 28 ਲੱਖ ਸੀ ਉਸ ਨੂੰ ਵਧਾ ਕੇ 40 ਲੱਖ ਕੀਤਾ ਉੱਥੇ ਹੀ ਜਿਸ ਸੂਬੇ ਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਇਹ 20 ਲੱਖ ਸੀ ਉਸ ਨੂੰ ਵਧਾ ਕੇ 28 ਲੱਖ ਕਰ ਦਿੱਤਾ ਗਿਆ ਉਧਰ ਕੋਵਿਡ ਦੇ ਵਧਦੇ ਮਾਮਲਿਆਂ ਦੇ ਨਾਲ-ਨਾਲ ਪੀਜੀਆਈ ਨੇ ਫਿਜ਼ੀਕਲ ਆਪੀਡੀ ਫਿਰ ਤੋਂ ਬੰਦ ਕਰਨ ਦਾ ਫੈਸਲਾ ਲਿਆ 10 ਜਨਵਰੀ ਤੋਂ ਹੁਣ ਆਪੀਡੀ ਦੇ ਵਿੱਚ ਆਉਣ ਵਾਲੀ ਆਨਲਾਈਨ ਅਪਾਇੰਟਮੈਂਟ ਲੈਣੀ ਪਵੇਗੀ ਜਿਸ ਤੋਂ ਬਾਅਦ ਹੀ ਐਂਟਰੀ ਮਿਲ ਸਕੇਗੀ ਪੀਜੀਆਈ ਦਾ ਕਹਿਣਾ ਹੈ ਕਿ ਮਰੀਜ਼ ਪਹਿਲਾਂ ਹੀ ਬਿਮਾਰ ਹੁੰਦੇ ਨੇ ਇਸ ਲਈ ਇਨਫੈਕਸ਼ਨ ਦਾ ਖਤਰਾ ਉਹਨਾਂ ਦੇ ਲਈ ਹੋਰ ਵੀ ਜ਼ਿਆਦਾ ਖਤਰਨਾਕ ਹੋ ਜਾਂਦਾ ਹੈ ਅਤੇ ਨਾਲ ਹੀ ਨਾਲ ਇਨਫੈਕਸ਼ਨ ਵਧਣ ਦਾ ਵੀ ਖਤਰਾ ਬਣ ਜਾਂਦਾ ਹੈ ਇਸ ਕਰਕੇ ਫੈਸਲਾ ਲਿਆ ਜਾ ਰਿਹਾ ਹੈ ਪੀਜੀਆਈ ਆਪੀਡੀ ਦੇ ਵਿੱਚ 8000 ਮਰੀਜ਼ ਰੋਜ਼ਾਨਾ ਆ ਰਹੇ ਨੇ ਇਸ ਲਈ ਸਾਵਧਾਨੀ ਦੇ ਵਜੋਂ ਇਹ ਫੈਸਲਾ ਲਿਆ ਗਿਆ ਮਰੀਜ਼ਾਂ ਦੀ ਸਹੂਲਤ ਹੁਣ ਇਹ ਟੈਲੀ ਕੰਸਲਟੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਹੀ ਫਿਜ਼ੀਕਲ ਚੈੱਕਅਪ ਦੀ ਲੋੜ ਪਈ ਤਾਂ ਉਸ ਨੂੰ ਭੁਲਾ ਲਿਆ ਜਾਵੇਗਾ ਜੀ ਐਮ ਸੀ ਐਚ ਵੀ ਫਿਜ਼ੀਕਲ او ਪੀ ਡੀ ਬੰਦ ਕਰਨ ਸੰਬੰਧੀ ਸ਼ੁੱਕਰਵਾਰ ਮੀਟਿੰਗ ਕਰਨ ਜਾ ਰਿਹਾ ਹੈ ਡਾਇਰੈਕਟਰ ਡਾਕਟਰ ਜਸਬਿੰਦਰ ਕੌਰ ਨੇ ਦੱਸਿਆ ਕਿ ਜਿਸ ਤਰ੍ਹਾਂ ਕੇਸ ਵਾਦਰੇ ਨੇ ਉਸੇ ਕਾਰਨ ਰਿਸਕ ਨਹੀਂ ਲਿਆ ਜਾ ਸਕਦਾ ਸਾਰੇ ਵਿਭਾਗਾ ਦੇ ਮੁਖੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਹੀ ਆਖਰੀ ਫੈਸਲਾ ਲਿਆ ਜਾਵੇਗਾ पीजीआई ने लोकां ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਆਨਲਾਈਨ ਅਪਾਇੰਟਮੈਂਟ ਨਾ ਆਉਣ ਕਈ ਮਰੀਜ਼ਾਂ ਨੂੰ ਪਹਿਲਾਂ ਹੀ ਆਨਲਾਈਨ ਅਪਾਇੰਟਮੈਂਟ ਦਿੱਤੀ ਜਾ ਚੁੱਕੀ ਹੈ ਸਵੇਰੇ 8 ਤੋਂ 9:30 ਵਜੇ ਤੱਕ ਪਜੀਆਈ ਦੇ ਫੋਨ ਨੰਬਰ ਤੇ ਅਪਾਇੰਟਮੈਂਟ ਲਈ ਜਾ ਸਕਦੀ ਹੈ ਉਤਰ ਪੰਜਾਬ ਦੇ ਪਟਿਆਲਾ ਤੋਂ ਸੰਸਦ ਮੈਂਬਰ ਪੰਨੀਤ ਕੌਰ ਵੀਰਵਾਨ ਨੂੰ ਕਰੋਨਾ ਪੋਜ਼ੀਟਿਵ ਪਾਈ ਗਿਆ ਉਹਨਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਮੈਂ ਕੋਵਿਡ ਪੋਜ਼ੀਟਿਵ ਪਾਈ ਗਈਆਂ ਮੈਂ ਵਧੀਆ ਮਹਿਸੂਸ ਕਰ ਰਹੀ ਹਾਂ ਪਿਛਲੇ ਕੁਝ ਦਿਨਾਂ ਤੋਂ ਮੇਰੇ ਸੰਪਰਕ ਦੇ ਵਿੱਚ ਆਏ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਵੀ ਆਪਣਾ ਕੋਵਿਡ ਟੈਸਟ ਜ਼ਰੂਰ ਕਰਵਾਉਣ ਜ਼ਿਕਰ ਇਹ ਹੋ ਗਿਆ ਕਿ ਪੰਨੀਤ ਕੌਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਹੈ कोरोना ਦੇ ਮਾਮਲੇ ਲਗਾਤਾਰ ਵਧ ਰਹੇ ਨੇ ਤੀਜੀ ਲਹਿਰ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਨਾਈਟ ਕਰਫਿਊ ਲਾਗੂ ਕੀਤਾ ਹੋਇਆ ਹੈ। ਪੰਜਾਬ ਦੇ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲੱਗਿਆ ਗਿਆ ਹੈ। ਪੰਜਾਬ ਦੇ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਗਾਇਆ ਗਿਆ ਹੈ। ਇਸ ਦੌਰਾਨ ਪੰਜਾਬ ਦੇ ਵਿੱਚ 코로나 ਦੇ ਮਾਮਲੇ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵਿੱਚ 2427 코로나 ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਇਸ ਦੇ ਨਾਲ ਹੀ ਨਾਲ ਇਸ ਖਤਰਨਾਕ ਵਾਇਰਸ ਦੇ ਕਾਰਨ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਿਛਲੇ 24 ਘੰਟਿਆਂ ਦੇ ਵਿੱਚ ਪਟਿਆਲਾ ਦੇ ਵਿੱਚ 687 ਲੁਧਿਆਣਾ ਦੇ ਵਿੱਚ 292 ਰੰਦਰ ਦੇ ਵਿੱਚ 294 ਕਰੋਨਾ ਮਾਮਲੇ ਅਤੇ ਇੱਕ ਐਮੀਕਰੋਨ ਦਾ ਮਾਮਲਾ ਐਸਐਸ ਨਗਰ ਦੇ ਵਿੱਚ 364 ਪਠਾਨ ਕੋਰ ਦੇ ਵਿੱਚ 187 ਅੰਮ੍ਰਿਤਸਰ ਦੇ ਵਿੱਚ 131 ਫਤਿਹਗੜ੍ਹ ਸਾਹਿਬ 78 ਗੁਰਦਾਸਪੁਰ 71 ਹੁਸ਼ਿਆਰਪੁਰ 116 ਮਾਮਲੇ ਪੋਜ਼ੀਟਿਵ ਆ ਚੁੱਕੇ ਨੇ ਮਾਨਸਾ ਜ਼ਿਲ੍ਹੇ ਦੇ ਵਿੱਚ ਕੋਈ ਵੀ ਹਜੇ ਤੱਕ ਮਾਮਲਾ ਸਾਹਮਣੇ ਨਹੀਂ ਆਇਆ ਉਧਰ ਪ੍ਰਧਾਨ ਮੰਤਰੀ ਦਿਨਿੰਦਰ ਮੋਦੀ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਦੇ ਮਾਮਲੇ ਦੀ ਜਾਂਚ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੀ ਟੀਮ ਦੇ ਪੰਜਾਬ ਦੇ ਫਿਰੋਜ਼ਪੁਰ ਪਹੁੰਚ ਗਈ ਹੈ ਗ੍ਰਹਿ ਮੰਤਰਾਲੇ ਦੀ ਟੀਮ ਨੇ ਫਿਰੋਜ਼ਪੁਰ ਦੇ ਫਲਾਈਓਵਰ ਤੇ ਪੀਐਮ ਮੋਦੀ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਦੀ ਘਟਨਾ ਦਾ ਰੀਕ੍ਰिएशन ਕੀਤਾ ਤੋਂ ਹੰਦਾਸ ਜੇ ਕਿ ਪੀਐਮ ਮੋਦੀ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਦੇ ਮਾਮਲੇ ਦੀ ਜਾਂਚ ਗ੍ਰਹਿ ਮੰਤਰਾਲੇ ਦੀ ਟੀਮ ਕਰ ਰਹੀ ਹੈ ਮਾਮਲੇ ਦੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਗ੍ਰਹਿ ਮੰਤਰਾਲੇ ਦੀ ਟੀਮ ਨੇ ਮੌਕੇ ਦੀਆਂ ਕਈ ਫੋਟੋਆਂ ਵੀ ਲਈਆਂ ਗੋਟਲੇ ਬਹਿ ਕੇ ਪੰਜਾਬ ਸਰਕਾਰ ਨੇ ਪੀਐਮ ਮੋਦੀ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਨੂੰ ਲੈ ਕੇ ਆਪਣੀ ਰਿਪੋਰਟ ਕੇ ਦੀ ਹੈ ਪੰਜਾਬ ਦੇ ਮੁਖ ਸਕੱਤਰ ਨੇ ਦੱਸਿਆ ਹੈ ਕਿ ਇਹ ਰਿਪੋਰਟ ਪੰਜਾਬ ਦੇ ਉੱਚ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਤਿਆਰ ਕੀਤੀ ਗਈ ਹੈ ਪੰਜਾਬ ਦੇ ਮੁਖ ਸਕੱਤਰ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਹੋ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਲਈ ਵਾਧੂ ਬਲ ਤਾਇਨਾਤ ਕੀਤੇ ਜਾਣ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਕੂਤਾਹੀ ਦੇ ਮਾਮਲੇ ਦੀ ਜਾਂਚ ਲਈ ਦੋ ਮੈਂਬਰੀ ਟੀਮ ਦਾ ਗਠਨ ਵੀ ਕੀਤਾ ਗਿਆ ਹਾਲਾਂਕਿ ਭਾਜਪਾ ਇਸ ਘਟਨਾ ਨੂੰ ਸੋਚੀ ਸਮਝੀ ਸਾਜ਼ਿਸ਼ ਦੱਸ ਰਹੀ ਹੈ ਸੂਤਰਾਂ ਦੇ ਅਨੁਸਾਰ ਕੇਂਦਰੀ ਸਰਕਾਰ ਇਸ ਘਟਨਾ ਦੇ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਦੇ ਖਿਲਾਫ ਐਸਪੀਜੀ ਦੀ ਧਾਰਾ 14 ਦੇ ਤਹਿਤ ਕਾਰਵਾਈ ਕਰ ਸਕਦੀ ਹੈ ਸਰਕਾਰ ਇਸ ਬਾਰੇ رائے ਲੈ ਰਹੀ ਹੈ ਤੁਹਾਨੂੰ ਦੱਸ ਦੇ ਕਿ ਐਸ ਪੀਜੀ ਐਕਟ ਦੀ ਧਾਰਾ 14 ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਲਈ ਰਾਜਾ ਦੀ ਜ਼ਿੰਮੇਵਾਰੀ ਦੇ ਨਾਲ ਸੰਬੰਧਿਤ ਹੁੰਦੀ ਹੈ ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਅੱਜ ਫਿਲਹਾਲ ਹੈ ਨਹੀਂ ਆਪਣੀ ਦੋਸ਼ੀ ਤਲ ਨੂੰ ਦਿਓ ਇਜਾਜ਼ਤ ਹੈ ਤੁਸੀਂ ਜੁੜੇ ਰਹੋ ਕੈਨੇਡੀਅਨ ਸਾਥ ਦੇ ਨਾਲ